ਟਾਣੀ ਤੋਲਾ, ਥੈਂਕ ਯੂ ਰੇ, ਥੈਂਕ ਯੂ ਸੋ ਮਚ. ਓਹੋ ਹੋ ਬਿੱਟੂ ਰੋਡੇ ਮਣੀ ਚੰਨਣ ਕਿਹੜਾ ਗੁਰਪਿੰਦਰ ਗੱਲ. ਹਾਂ ਵੀਰੇ, ਥੈਂਕ ਯੂ, ਧੰਨਵਾਦ. ਹੈ ਹੀ ਸਣੀ, ਹੈ ਹੀ ਸਹੀ ਦੀਪ, ਪਹਿਲਾਂ ਹੀ ਸਹੀ ਸੀ ਬਾਈ. ਜਸਮੇਲ, ਰਜੇਸ਼ ਗੌਰ, ਜਸਮੇਲ, ਹਾਂਜੀ ਹਾਂਜੀ, ਧੰਨਵਾਦ ਧੰਨਵਾਦ. ਹੋ ਜੀ ਇੱਕ ਮਿੰਟ ਖੜੀ. ਐਮ ਡੀ ਨਦੀਨ, ਨਹੀਂ ਵੈਲਕਮ ਵੀਰੇ. ਸਿੱਧੂ ਹਾਰ ਗਿਆ ਵੀਰੇ ਕੁਆਟਰ ਫਾਈਨਲ. ਬਿਲਕੁਲ ਬਿਲਕੁਲ, ਜੌਨਸਨ ਤੇਜਾ ਬਾਈ. ਸਿੱਧੂ ਤਕੜਾ ਮੈਚ ਖੇਡ ਕੇ ਗਿਆ. ਮਨਪ੍ਰੀਤ ਬਰਾੜ, ਵਧੀਆ ਵਧੀਆ. ਗੋਲੂ ਬਰਾੜ ਠੀਕ ਠਾਕ ਵੀਰੇ. ਐਮਡੀ, ਹਾਂਜੀ ਹਾਂਜੀ, ਵਧੀਆ ਵੀਰੇ. ਖੁਸ਼ ਬਰਾੜ ਖਿੱਚੋ ਕੰਮ ਮਾੜਾ ਜਿਹਾ. ਅੱਛਾ ਅੱਛਾ, ਚੱਲੀ ਜਾਂਦਾ ਬਸ ਵੀਰੇ, ਚੱਲੀ ਜਾਂਦਾ ਚੱਲੀ ਜਾਂਦਾ. ਫੌਜੀ ਬਾਗੜੀ, ਧਿਆਨ ਰੱਖੀ ਮਾੜਾ ਜਿਹਾ, ਬਹਿ ਜਾ ਮੂਹਰੇ ਹੋ ਕੇ, ਉੱਥੇ ਹੋ ਜਾ, ਬਹਿ ਜਾ ਉੱਥੇ, ਬੈਠੀ ਮਾੜਾ ਜਿਹਾ, ਬਹਿ ਜਾ ਬਹਿ ਜਾ, ਕੋਈ ਬਸ 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 ਬਸ, ਧਿਆਨ ਰੱਖੀ ਜਿੰਨਾ ਚਿਰ ਆਉਂਦੇ, ਬਾਲ ਫੜ ਲਈ ਉੱਤੋਂ ਹੀ ਟਪਾ ਨਾ ਦੀ. ਆਹ
ਸਾਹਮਣੇ
ਬਾਬੂ ਬੈਠੇ ਹੋਏ ਬਾਬੂ ਬੈਠੇ।
ਨਹੀਂ ਚੱਲੇ ਤੂੰ ਵੱਜੀ ਤਾਂ ਨਹੀਂ ਬਾਲ ਬੂਲ ਬਸ ਆ ਜਾ ਸਾਈਡ ਤੇ ਥੈਂਕ ਯੂ ਯਾਰ ਵੇਖੀ ਮਾੜਾ ਜਾ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਇੱਧਰ ਆ ਜਾ ਮਾੜਾ ਜਾ ਕਿੰਨੇ ਸਕੋਰ ਕਿੰਨੇ ਹੋ ਗਏ ਇੱਧਰੋਂ ਆਪਣੇ ਛੇ ਇੱਧਰ ਛੇ ਇੱਧਰ ਬਾਰਾਂ ਬਾਰਾਂ ਪੁਆਇੰਟ ਬਨਿਆਰੀ ਛੇ ਪੁਆਇੰਟ ਜਨੇਤਪੁਰਾ ਪਰਲੀ ਸਾਈਡ ਸਨਮ ਕੰਬੋਜ ਹਾਂਜੀ ਹਾਂਜੀ ਵੀਰੇ ਬਾਰਾਂ ਛੇ ਗੁਰਮੀਤ ਕੰਬੋਜ ਥੈਂਕ ਯੂ ਵੀਰੇ ਫਾਈਨਲ ਵੱਲ ਨੂੰ ਵੇਖੋ ਕਿਹੜੀ ਟੀਮ ਵੱਧਦੀ ਹੈ ਪਾਸ ਮੈਂ ਸੀਤਾਰਾਮ ਜੀ ਹੈ ਚੁੱਪ ਕਰੋ ਉਹਨੂੰ ਓਕੇ ਓਕੇ ਵਿਜੇ ਸਰ ਕਰਾ ਦਿੰਦੇ ਚੁੱਪ ਕੋ ਜੇ ਅਮੋਲ ਕੁਲਕਰਨੀ ਹਾਂਜੀ ਹਾਂਜੀ ਵਧੀਆ ਵਧੀਆ ਵੀਰੇ
ਇਸ ਤੋਂ ਬਾਅਦ ਕਾਲਗੀ ਵਾਲਾ ਵਾਰਸ ਖੰਜਰਵਾਲ ਸੈਕਿੰਡ ਸੈਮੀਫਾਈਨਲ ਮੈਚ ਪਟਾਕੀ ਪੈਣੇ ਆ ਮਿੱਤਰੋ ਐਨ ਸਰਾ ਐਵੇਂ ਤੋਂ ਬਾਅਦ ਸ੍ਰੀਨ ਕੁਮਾਰ ਵਧੀਆ ਵਧੀਆ ਵੀਰੇ ਠੀਕ ਠਾਕ ਵਾਹ ਯਾਰ ਤਰਸੇਮ ਕਿਆ ਡਰਾਪ ਸੇਮੇ ਗ੍ਰੇਟ ਬਰੂ ਵਾਲੀ ਕੀ ਹਾਲ ਆ ਵੀਰੇ ਦੇਖੋ ਕੀ ਬਣਦਾ ਹਾਂ ਸੈਮੀ ਚੱਲੀ ਜਾਂਦਾ ਬਾਈ ਅਜੇ ਬਿੱਟੂ ਆ ਰੋਡੇ ਵਾਲਾ ਹਾਂ ਸਰਾਜ ਜੀ ਬਿੱਟੂ ਰੋਡੇ ਸ਼ਿਵਾਜ ਸਿੰਘ ਹਾਂਜੀ ਸੈਮੀ ਹੈ ਜੀ ਦੂਜੇ ਸੈਮੀ 'ਚ ਕਾਲਗੀ ਵਾਲਾ ਅਤੇ ਖੰਜਰਵਾਲ ਆ ਪਹਿਲਾ ਸੈਮੀ ਹੈ ਸ਼ਿਵਾਜ ਬਾਈ ਅਨਮੋਲ ਕੁਲਕਰਨੀ ਵੈਲਕਮ ਜੀ ਸ਼ਿਵਾਜ ਸਿੰਘ ਬਾਈ ਸਵਾਗਤ ਹੈ ਜੀ ਤੁਹਾਡਾ ਹੋਰ ਠੀਕ ਠਾਕ ਹੋ ਬਾਈ ਠੀਕ ਹੈ ਪਰਿਵਾਰ ਸਾਰਾ ਵਿੱਕੀ ਮੀਮਸਾ ਪੁਆਇੰਟ ਤੁਹਾਨੂੰ ਦੱਸ ਦਿੰਦੇ ਹਾਂ ਰਮਨੀਤ ਢਿੱਲੋਂ ਕੀ ਹਾਲ ਆ ਵੀਰੇ ਰਮਨੀਤ ਢਿੱਲੋਂ ਹਾਂਸਰਾਜ ਜੋਸ਼ੀ ਥੈਂਕ ਯੂ ਸੋ ਮੱਚ ਸਾਈਡਾਂ ਚੇਂਜ 13 ਗੋਰਾ ਬੱਟੀ ਸ਼ਿਵਾਜ ਸਿੰਘ ਹਾਂਜੀ ਵੀਰੇ ਸਾਈਡਾਂ ਚੇਂਜ ਆ ਜੀ 25 ਦੇ ਲਵਾਏ ਅੱਜ ਸਾਰੇ ਮੈਚ ਕਲੱਬ ਨੇ ਸਾਹਿਬ ਬਰਾੜ ਸੁਰੇਸ਼ ਬਿਸ਼ਨੋਈ ਸ਼ਿਵਾਜ ਵੀ ਹੈਗਾ ਜੀ ਆਉਂਦਾ ਸ਼ਿਵਾਜ ਜੀ ਖਾਣਾ ਖੁਣਾ ਖਾਂਦਾ ਹੋਊਗਾ ਜਸਵੀਰ ਸੰਧੂ ਫਿਰੋਜ਼ਸ਼ਾਹ ਵੀ ਭਨਿਆਰੀ ਨੂੰ ਹਾਰ ਗਈ ਸੀਗੀ ਜੀ ਵਾਟਰ ਮੈਚ ਨਾ ਪੁੱਤੇ ਦੇ ਨਾਲ ਨਾ ਲੱਗ ਕਿੰਨੇ ਸਕੋਰ ਬਣੀ 6-13 13-6 ਪ੍ਰਦੀਪ ਸ਼ਰਮਾ ਹਾਂ ਦੇਖੋ ਪ੍ਰਦੀਪ ਕੀ ਬਣਦਾ ਹਰਜਿੰਦਰ ਬਰਾੜ ਬਰਾੜਾ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਹੋ ਹਰਜਿੰਦਰ ਬਰਾੜ ਬਾਈ ਗੁਰਪ੍ਰੀਤ ਸਿੱਧੂ ਬਿਲਕੁਲ ਬਿਲਕੁਲ ਗੁਰਪ੍ਰੀਤ ਮਲਕੀਤ ਮਰੋਕ ਵਧੀਆ ਵਧੀਆ ਜੀ ਠੀਕ ਠਾਕ ਧੰਨਵਾਦ ਜੀ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ
ਮਹਿਕਦੀਪ ਵਧੀਆ ਵਧੀਆ, ਮਹਿਕਦੀਪ ਠੀਕ ਆ ਬਾਈ। ਸੋਨੀ ਸਿੱਧੂ 13-14 ਉਹਨਾਂ ਦੇ ਮੈਨੂੰ ਲੱਗਦਾ। ਸਮਝ ਨੀ, ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ, ਇੱਕ ਨੰਬਰ ਇੱਕ ਨੰਬਰ। ਐਸੇ ਮੈਚ ਹੋਏ ਨਹੀਂ ਹੋਏ, ਆਪਕੇ ਇਧਰ ਹੋਏ ਕਭੀ ਨਹੀਂ? ਕਮੀ ਹੋ ਤਾਂ ਨਹੀਂ, ਬਹੁਤ ਅੱਛੇ ਬਹੁਤ ਅੱਛੇ। ਜੁੱਪਾ ਹੈਗਾ ਹੈਗਾ ਜਿਸ ਕਾਰਨ ਗੁਰੀ ਨਾਲ ਜੁੱਪਾ ਖੰਜਰਾਂ ਨਾਲ ਮੈਚ ਹੈ ਉਹਨਾਂ ਦਾ, ਇਹ ਮੈਚ ਤੋਂ ਬਾਅਦ ਸੈਮੀ। ਓ ਵਾਹ ਓਏ ਮੁੰਡਿਓ, ਸੁਰਿੰਦਰ ਕਾਸਵਾ, ਹਾਂਜੀ ਹਾਂਜੀ ਵੀਰੇ। ਸਕੋਰ ਦੱਸ ਦਿੰਦਾ, 13 ਪੁਆਇੰਟ ਆ ਜੀ ਇਹਨਾਂ ਦੇ, 13-6 ਇਹਨਾਂ ਦੇ ਮੈਨੂੰ ਲੱਗਦਾ। ਸ਼ਿਵਾਜ ਔਲਖਾ ਜੀ ਕਮੈਂਟੇਟਰ ਲਾਈਵ ਤੇ, ਜਸਵੰਤਰ ਢਿੱਲੋਂ ਝੱਖੜਾ ਜੀ ਆ। ਸਕੋਰ ਕੱਗੀ 13-6 14-6 14 ਪੁਆਇੰਟ ਪਰਲੀ ਸਾਈਡ ਭਨਿਆਰੀ, ਕੈਮਰੇ ਸਾਹਮਣੇ ਜਨੇਤਪੁਰਾ ਇਹਨਾਂ ਦੇ 6 ਹੈ, 25 ਦਾ ਸੈੱਟ ਆ ਸੈਮੀ ਫਾਈਨਲ ਸਾਰੇ 25 ਦੇ ਹੋਏ। ਬਲਜਿੰਦਰ ਬਠਿੰਡਾ ਜੱਜ ਹਾਰ ਗਿਆ ਸੀ ਵੀਰੇ ਕੁਆਟਰ। ਗੁਰਖੰਗੂੜਾ ਹਾਂ, ਨੈਕਸਟ AK-47 ਦਾ ਨੈਕਸਟ ਮੈਚ ਆ। ਪਿੰਦਰੀ ਪਿੰਦਰੀ ਆ ਗਿਆ ਨੈਟ ਤੇ, ਵੈਲਕਮ ਸੁਰਿੰਦਰ। ਹਾਂ ਲੋਕੇਸ਼ ਨਹੀਂ ਆ, ਗੌਰ ਖੰਗੂੜਾ ਵੈਲਕਮ ਖੰਗੂੜਾ ਸਾਹਿਬ। ਵਾਹ ਓਏ ਨਾਮਿਆ, ਇਹ ਨਾਮਾ ਗੈਲਪੁਰੀਆ ਡ੍ਰੌਪ ਯਾਰ, ਗਲਤੀ। ਹਾਂਜੀ ਹਾਂਜੀ ਬਾਈ ਕਰੇਜੀ ਵੀ ਲਾਈਵ ਦੇਖ ਰਿਹਾ, ਓਕੇ ਰਮਨ ਰਮ ਸਾਰ ਨੂੰ। ਮਨਪ੍ਰੀਤ ਔਲਖ ਨਿਊਜ਼ੀਲੈਂਡ ਵੈਲਕਮ ਵੀਰੇ ਮਨਪ੍ਰੀਤ, ਕੀ ਹਾਲ ਚਾਲ ਹੈ? ਮੀਡੀਅਮ ਗੇਮ ਆ ਜੀ, ਮੀਡੀਅਮ ਮੀਡੀਅਮ ਫਰਜਿੰਦਰ ਬਰਾੜ ਬਾਈ, ਤਾਂ ਕਰਕੇ ਫਿਰ ਉਸ ਹਿਸਾਬ ਨਾਲ ਜਾਂਦੀ ਅੰਡਰ ਹੈਂਡ, ਹਾਈਟ ਵਾਲੀ ਗੇਮ 'ਚ ਅੰਡਰ ਹੈਂਡ ਰੱਖਦੇ ਆ। ਰੋਹਿਤ ਕਰਵਾਸਰਾ ਹਾਂਜੀ ਹਾਂਜੀ ਗੁੱਡ ਮੈਚ ਜੀ, ਸੈਮੀ ਫਾਈਨਲ ਆ ਜੀ ਪਹਿਲਾ ਸੈਮੀ ਜਾਂ ਖੰਦਰਵਾਲ ਬਾਈ, ਕਾਲਗੇ ਵਾਲੇ ਨਾਲ ਮੈਚ ਹੈ ਉਹਨਾਂ ਦਾ, ਪ੍ਰੇਮ ਗਰੇਵਾਲ ਬਾਈ ਨੈਕਸਟ ਮੈਚ, ਗਰੇਵਾਲ ਸਾਹਿਬ
ਕਿੰਨੇ ਹੋ ਗਏ ਮਣੀ? ਨਹੀਂ ਆਇਆ ਵੀਰੇ, ਗੋਪਾ ਮਾਨ ਨਹੀਂ ਆਇਆ। ਦੂਜਾ ਸੈਮੀ ਖੰਜਰਾਲ ਤੇ ਕਾਲਗੀ ਵਾਲੇ ਦਾ, ਅਮਨਪ੍ਰੀਤ ਬੁੱਟਰ ਬਾਈ ਕਾਲਗੀ ਵਾਲਾ ਤੇ ਕਾਲਗੀ ਵਾਲੇ ਚ ਜੁੱਪਾ ਤੇ ਸੁੱਖੂ ਗੁਰੀ ਹੋਣੀ ਤੇ ਖੰਜਰਾਲ ਚ ਸੱਤਾ ਕਹਿੰਦਾ ਪਿੰਦਰ ਹੋਣੀ। ਤਕੜਾ ਮੈਚ ਲੱਗਣਾ ਬਾਈ ਆਪਣੇ। ਗਰੇਵਾਲ ਸਾਹਿਬ ਵੈਲਕਮ ਜੀ, ਸਵਾਗਤ ਆ ਤੁਹਾਡਾ। ਬਿੱਟੂ ਰੋਡੇ ਆ ਬਾਈ, ਸੁਨੀਲ ਮਲਕੀਤ ਮਰੋਕ ਹਰਿਆਣਾ, ਓਕੇ ਓਕੇ ਮਲਕੀਤ ਮਰੋਕ। ਓਕੇ ਓਕੇ ਆਠ ਤੇਰਾਂ 8-13 ਪੰਜ ਪਿੰਡਾਂ ਦਾ ਫਰਕ। 13 ਕੇ 14 13 8-13 ਬਾਈ, 14 ਨਹੀਂ। ਅਮੋਲ ਕੁਲਕਰਨੀ ਨਹੀਂ ਵੀਰੇ, ਹਿੰਦੀ ਦਾ ਮੁਸ਼ਕਲ ਹੈ। ਮਲਕੀਤ ਮਰੋਕ ਓਕੇ ਓਕੇ। ਗੋਰਖ ਗੂੜਾ ਅਗਲਾ ਮੈਚ, ਸਹੀ ਗੱਲ ਆ, ਸਹੀ ਗੱਲ ਹੈ ਬਾਈ। ਜੱਗਾ ਗੈਲ ਚੱਲੋ ਬਾਈ, ਨਵਾਂ ਸ਼ਹਿਰ ਭੇਜਿਆ ਜੀ ਤੈਨੂੰ ਲੈ ਕੇ। ਜ਼ਰੂਰ 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 ਜੀ ਜੱਗਾ ਗੱਲ ਬਾਈ, ਆ ਜਾਂਦਾ ਸ਼ਿਵਾਜ ਨੂੰ, ਡੋਂਟ ਵਰੀ। ਗੁਰਪ੍ਰੀਤ ਗਿੱਲ ਬਾਈ ਵੈਲਕਮ ਆ, ਤੁਹਾਡਾ ਵੀ ਸਵਾਗਤ ਹੈ। ਪੰਜਾਬ ਦੀ ਜਿੰਦ ਜਾਨ ਵਾਲੀਬਾਲ ਸ਼ੂਟਿੰਗ ਪੇਜ ਤੇ ਸਿਰਾ ਗੱਲਬਾਤ। ਕਿੱਧਰ ਗਿਆ? ਹੈਲੋ, ਸਹੀ ਹੈ ਬਸ ਯਾ, ਫਿਰ ਉਹ ਵੀ ਨਹੀਂ ਆਈ ਮੱਲੇ ਵਾਲਾ ਵੀ ਆਈ ਜੀ। ਹਾਂ ਸਹੀ ਹੈ ਫਿਰ, ਲੈ ਦੱਸ ਐਡਾ ਤਕੜਾ ਟੂਰਨਾਮੈਂਟ ਹੋਇਆ ਲੈ। ਟੂਰਨਾਮੈਂਟ ਪਤਾ ਕਿੱਡਾ ਤਕੜਾ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿੱਡਾ ਤਕੜਾ ਟੂਰਨਾਮੈਂਟ ਹੋਇਆ ਮਣੀ, ਆਹ ਟੂਰਨਾਮੈਂਟ ਕਿੱਡਾ ਤਕੜਾ ਹੋਇਆ ਦੱਸ ਮੇਰੇ। ਨਾਲੇ ਪੱਚੀਆਂ ਪੱਚੀਆਂ ਦੇ ਕਿਤੇ ਹੋਏ ਐਡੇ ਐਡੇ ਲੰਮੇ, ਅਗਲੇ 17-17 ਦੇ ਕਰਾ ਕੇ ਦੋ ਦਰਬਾਰ ਦੋ ਦਰਬਾਰ। ਪੱਤੀਆਂ ਦਾ ਹੱਥ ਕੱਢਣੀ ਆ ਕੋਈ, ਪਤਾ ਤਾਂ ਲੱਗੇ। ਦੇਖ ਲਓ ਟੀਮਾਂ ਦੀ ਸਹਿਮਤੀ, ਦੇਖ ਲਓ ਕਮੇਟੀ। ਬਿਲਕੁਲ ਫਰਜਿੰਦਰ ਬਰਾੜ ਜੀ, ਸ਼ੰਕਰ ਹੈ ਬਿਲਕੁਲ, ਵਿਜੇ ਸਦ ਸ਼ੰਕਰ ਪਾਸ ਮੇ ਹੈ ਬਾਈ ਮੇਰੇ। ਪ੍ਰਦੀਪ ਸ਼ਰਮਾ ਮਨੀ ਠੀਕ ਹੈ, ਪ੍ਰਦੀਪ ਮਨੀ ਠੀਕ ਹੈ ਹੁਣ ਅੱਗੇ ਨਾਲੋਂ ਬਾਈ, ਕੋਲੇ ਬੈਠਾ ਬਿਲਕੁਲ। ਪ੍ਰਦੀਪ ਕਹਿੰਦਾ ਕਰਾਂਗੇ ਵਾਪਸੀ, ਮਣੀ ਕਹਿੰਦਾ
ਔਰ ਲੰਗਰ ਦੀ ਤੂੰ ਛੱਡ ਯਾਰ, ਜਿਹੜੀ ਮੈਂ ਤੈਨੂੰ ਕੀ ਕਹਿੰਦਾ, ਸ਼ਕਤੀਮਾਨ ਲਿਆ ਸ਼ਕਤੀਮਾਨ। ਔਰ ਕਿਆ ਯਾਰ, ਯਾਰੀ ਤੇਰੇ ਨਾਲ ਪੱਕੀ ਹੈ, ਹੁਣ ਤੈਨੂੰ ਮੈਂ ਬਾਅਦ ਚ ਦੱਸੂ, ਟੂਰਨਾਮੈਂਟ ਨਿਬੜ ਜਾਣ ਤੇ ਫਿਰ ਮੈਂ ਤੈਨੂੰ ਗੱਲ ਸਮਝਾਊਂਗਾ, ਤੈਨੂੰ ਗੱਲ ਸਮਝਾਊਂਗਾ ਯਾਰ। ਪੁਆਇੰਟ ਗੁਰਪ੍ਰੀਤ ਦੱਸਦਾ ਵੀਰੇ, ਇੱਕੋ ਮਿੰਟ ਗੱਲ ਸਾਹਿਬ, ਨਾਲੇ ਕੋਈ ਬੰਦਾ ਕਹਿੰਦੇ ਲਾਈਵ ਆਪਣਾ ਖਰਾਬ ਕਰ ਲਿਆ, ਇੱਕ ਨੰਬਰ ਲਾਈ ਚੱਲਿਆ, ਇੱਕ ਨੰਬਰ ਗਰੰਟੀ ਲਿਖਾ ਕੇ ਅਸਟਾਮ ਤੇ। ਗੁਰਪ੍ਰੀਤ ਭਾਈ ਲਾਈਵ ਕਿਵੇਂ ਚੱਲਿਆ ਅੱਜ? ਬੱਬੂ ਭਾਈ ਲਾਈਵ ਕਿਵੇਂ ਚੱਲਿਆ ਜਦੋਂ ਤੁਸੀਂ ਵੇਖਿਆ? ਮਣੀ ਬੱਬੂ ਯਾਦ ਕਰਦਾ ਰੌਲੀ ਵਾਲਾ ਤੈਨੂੰ, ਕੈਨੇਡੀਅਨ ਔਰ ਵਿਨੀਪੈਗ ਵਾਲੇ ਭਰਾ। ਇੱਕ ਮਿੰਟ ਤੇ, ਇੱਕ ਮਿੰਟ, ਇੱਕ ਮਿੰਟ ਬੱਬੂ ਮਣੀ ਨਾਲ ਕਰੀ ਗੱਲ। ਕਾਲਾ ਬਰਾੜ ਗੁਰਪ੍ਰੀਤ ਸਿੱਧੂ, ਹਾਂਜੀ ਐਂਡ ਥੈਂਕ ਯੂ ਵੀਰੇ। ਤਰਸੇਮ ਆ ਵੀਰੇ ਗੰਗਾਨਗਰ ਜੈਲਦਰਾ, ਧੰਨਵਾਦ ਧੰਨਵਾਦ ਜੈਲਦਰਾ, ਹੈਲਪ ਕਰ ਮੇਰੀ। ਕਾਲਾ ਬਰਾੜ ਬਿਲਕੁਲ ਬਿਲਕੁਲ, ਰਮੇਸ਼ ਕੁਮਾਰ ਬਿੱਕ ਢਿੱਲੋਂ, ਵਿਨੋਦ ਕਰਵਾਸਰਾ, ਉਹੀ ਤਾਂ ਮੈਂ ਗੱਲ ਕਰਦਾ, ਮੁੰਡਾ ਕਲੱਬ ਵਾਲਾ ਖੜਾ ਸੀ ਕੋਲੇ, ਮੈਂ ਕਿਹਾ ਕੋਈ ਬੰਦਾ ਕਹਿੰਦੇ ਲਾਈਵ ਮਾੜਾ ਚੱਲਿਆ, ਐਂਡ ਕਰ ਵੱਜ ਲਿਆ। ਬੱਬੂ ਕਹਿੰਦਾ ਕਾਇਮ ਹੋ ਜਾ ਹੁਣ ਮਣੀ, ਤੈਨੂੰ ਕਹਿੰਦਾ ਠੀਕ ਹੈ ਠੀਕ ਹੈ। ਅੱਛਾ ਚੱਲ ਕੋਈ ਨਾ, ਕਾਲਾ ਬਰਾੜ ਸਿੰਘ ਤੁਹਾਨੂੰ ਥੈਂਕ ਯੂ ਵੀਰੇ। ਬਿਲਕੁਲ ਜਲ ਸਹੀ ਚੱਲਿਆ ਨਾ ਜਲਦਰਾ, ਤੂੰ ਵੇਖਿਆ ਪਹਿਲਾਂ ਤੋਂ ਮੈਚ, ਬੈਕ ਬਲਜਿੰਦਰ ਜੈਅੰਤ ਚੌਧਰੀ ਸਾਰੇ ਭਰਾਵਾਂ ਧੰਨਵਾਦ, ਥੈਂਕ ਯੂ ਸੋ ਮੱਚ। ਸੀਜ਼ਨ ਦਾ ਪਹਿਲਾ ਆਪਣਾ 1000 ਪਲੱਸ ਹੋਇਆ, 1300 ਪਲੱਸ ਲਾਈਵ ਸੀ ਅੱਜ। ਅਮੋਲ ਕੁਲਕਰਨੀ, ਓਕੇ ਓਕੇ ਅਮੋਲ ਕੁਲਕਰਨੀ, ਡੋਂਟ ਵਰੀ। ਸਤਪਾਲ ਮਣੀ ਦੀ ਸੱਟ ਲੱਗ ਗਈ ਸੀ ਬਾਈ ਯਾਰ। ਸਰੀਨ ਕੁਮਾਰ ਧਨੂਰ ਵਾਲੇ, ਕੀ ਹਾਲ ਚਾਲ ਹੈ? ਬਿਲਕੁਲ ਬਿਲਕੁਲ ਸਰੀਨ। ਮਨਿੰਦਰ ਜੀ ਕੀ ਹਾਲ ਹੈ ਵੀਰੇ? ਬਰਾੜ ਮਣੀ ਇਹਨਾਂ ਨਾਲ ਹੀ ਖੇਡਦਾ ਜਨੇਤਪੁਰੇ 'ਚ, ਦੋ ਨੈੱਟਮੈਨ ਆਏ ਸੀ ਮਣੀ ਅਤੇ ਪਿੰਦਰੀ ਅਕਲ ਗਿਆ ਇਹਨਾਂ ਨਾਲ, ਹੁਣ ਪਿੰਦਰੀ ਖੇਡੀ ਜਾਂਦਾ, ਮਣੀ ਬਾਹਰ ਬੈਠਾ। ਦੀਪਕ ਦਾ ਨਹੀਂ ਪਤਾ, ਪ੍ਰਿੰਸ ਬਾਈ ਸ਼ੀ ਸ਼ਰਮਾ ਧੰਨਵਾਦ ਧੰਨਵਾਦ ਸ਼ਰਮਾ ਜੀ। ਕਰਨਵੀਰ ਮਣੀ ਦੇ ਸੱਟ ਲੱਗ ਗਈ ਸੀ ਵੀਰੇ, ਐਕਸੀਡੈਂਟ ਹੋ ਗਿਆ ਸੀ। ਮਲਕੀਤ ਮਰੋਕ ਨੰਬਰ ਤੁਹਾਨੂੰ ਦੱਸਦਾ ਬਾਈ ਜੀ, ਵੇਟ ਕਰਿਓ ਮਾੜਾ ਜਿਹਾ। ਓਹੋ ਹੋ ਹੋ, ਨਾਮਾ ਨਹੀਂ ਛੱਡਦਾ ਕੈਲਪ੍ਰੀਆ, ਨਾਮਾ ਨਹੀਂ ਛੱਡਦਾ। ਥੈਂਕ ਯੂ ਮਣੀ ਜੀ। ਬਲਜਿੰਦਰ ਬਠਿੰਡਾ ਵਧੀਆ ਵੀਰੇ, ਧੰਨਵਾਦ ਧੰਨਵਾਦ। ਓ ਵਾਹ ਓਏ ਨਾਮਿਆਂ, ਅਮੋਲ ਕੁਲਕਰਨੀ ਪੁਆਇੰਟ ਵੀਰੇ, ਵੇਟ ਕਰੋ ਦੱਸਦਾ। ਓ ਹੋ ਹੋ, ਗੰਗਾਨਗਰੀਆ ਪੁਆਇੰਟ ਗੱਗੀ
17 9 ਬਈ 17 ਪਨਿਆਰੀ ਦੇ 9 ਪੁਆਇੰਟ ਕੈਮਰੇ ਸਾਹਮਣੇ ਜਨੇਤਪੁਰੇ ਦੇ 17 9 ਪਹਿਲਾ ਸੈਮੀਫਾਈਨਲ ਬੂਟਾ ਸਿੰਘ ਅਮਨਦੀਪ ਭਾਗ ਸਰੀ ਆਪਣਾ ਵਧੀਆ ਵਧੀਆ ਆਪਣੇ ਹੋਰ ਹੋਰ ਭਾਗ ਸਰੀ ਆ ਕਦੇ ਕਦਾਂ ਹੀ ਕਮੈਂਟ ਕਰਦਾ ਤੂੰ ਵੀ ਯਾਰ ਚੋਰੀ ਚੋਰੀ ਮੈਂ ਤਾਂ ਰਹਿੰਦਾ ਲਾਈਵ ਤੋਂ ਸੁਖਵੰਤ ਸੰਧੂ ਪੈਰਿਸ ਸਤਿ ਸ਼੍ਰੀ ਅਕਾਲ ਬਾਈ ਸੁਖਵੰਤ ਕੀ ਹਾਲ ਹੈ ਕੈਮ ਹੋ ਓਏ ਹੋਏ ਹੋਏ ਇਹ ਆ ਗੰਗਾ ਨਗਰੀਆ ਟੱਪੇ ਪਵਾਈ ਜਾਂਦਾ 18 9 ਸੁਖਵੰਤ ਸੰਧੂ ਹਾਂਜੀ ਲਵ ਯੂ ਬਾਈ ਪੈਰਿਸ ਪੈਰਿਸ ਪੁੱਜੋ ਜੂ ਉੱਨੀ ਨੌ ਉੱਨੀ ਹੋ ਗਿਆ ਬਰਾੜ ਸਤਪਾਲ 9 ਕਿਵੇਂ ਆ ਮੇਰੇ ਗੱਲ 'ਚ ਰੱਬ ਤੈਨੂੰ ਜਲਦੀ ਹਾਂਜੀ ਹਾਂਜੀ ਬਿਲਕੁਲ ਸਤਪਾਲ ਜਲਦੀ ਕਾਇਮ ਹੋਵੇ ਮੁੰਡਾ ਸਤਨਾਮ ਬਿੱਟੂ ਸਿੱਧੂ ਸੁਖਵੰਤ ਸੰਧੂ ਵਧੀਆ ਵਧੀਆ ਠੀਕ ਆ ਸੁਖਵੰਤ ਐਨ ਕਿਰਪਾ ਬਾਬੇ ਦੀ ਮੇਹਰ ਆ ਭਰਾਵਾਂ ਦੀ ਸੁਖਵੰਤ ਵਧੀਆ ਵਧੀਆ ਵੀਰੇ ਠੀਕ ਠਾਕ ਬਿਲਕੁਲ ਪ੍ਰਦੀਪ ਸਿਰਾ ਹੋ ਗਿਆ ਵੀਰੇ ਕੋਈ ਸ਼ੱਕ ਨਹੀਂ ਅੱਜ ਤਾਂ 2 ਮੈਚ ਬਾਕੀ ਹੈ ਮੈਚ ਤੋਂ ਬਾਅਦ ਲਾਸਟ ਸੈਮੀ ਸੈਕਿੰਡ ਸੈਮੀ ਅਤੇ ਫਾਈਨਲ ਪੁਰਾਣੇ ਦਿਨ ਸਹੀ ਗੱਲ ਆ ਬੱਬੂ ਮੋਲ ਕੁਲ ਕਰਨੀ ਸਤਨਾਮ ਗੱਲ ਬੱਬੂ ਨੱਪ ਕੇ ਕਿੱਲੀ ਸਹੀ ਗੱਲ ਆ ਬੱਬੂ ਕਿੱਲੀ ਤਾਂ ਆਏ ਆ ਨਾ ਫਿਰ ਸਿਰ ਨਾਲ ਹੀ ਮੋੜ ਲੱਗ ਗਿਆ ਉਹ ਜਨੇਤਪੁਰ ਗਿਆ ਉੱਨੀ ਨੌ ਚੇਂਜ ਆ ਬਈ ਬੱਬੂ ਵਰਗੇ ਹਾਰ ਗਏ ਵੀਰੇ ਬਹੁਤ ਸੋਹਣਾ ਮੈਚ ਲੱਗਿਆ ਖੰਜਰਾਲ ਨਾਲ ਉਹਨਾਂ ਦਾ ਬਿਲਕੁਲ ਗੁਰਮੀਤ ਮੱਲਾ ਬਿੱਟੂ ਨੂੰ ਜ਼ਰੂਰ ਜ਼ਰੂਰ ਗੁਰਮੀਤ ਮੱਲਾ ਬਾਈ ਕਵਾਂਗੇ ਵੀਰੇ ਪਰਲੀ ਸਾਈਡ ਆ ਬਿੱਟੂ ਵੀ ਨੌ ਪੱਚੀਆਂ ਦੀ ਪੱਚੀਆਂ ਦੇ ਬਿੱਟੂ ਬੱਬੂ ਕਰਾਏ ਅੱਜ ਮੈਚ ਸਾਰੇ ਕਰਾਬ ਨੇ ਪੱਚੀਆਂ ਦੇ ਬੱਬੂ ਰੋਲੀ ਵਾਲਾ ਰਜਿੰਦਰ ਆਉਣ ਰੋਜ਼ਾ ਜੀ ਉਹ ਪ੍ਰਤਾਪ ਹਾਰ ਗਿਆ ਵੀਰੇ ਬਿੱਟੂ ਸਿੱਧੂ ਖੰਦਰਾਲ ਨੂੰ ਅਮੋਲ ਕੁਲਕਰਨੀ ਹਾਂਜੀ ਹਾਂਜੀ ਤੁਹਾਡਾ ਵਧੀਆ ਚਾਹੀਦਾ ਬਾਬਾ ਵੀ ਨਾ ਹਾਂਜੀ ਅੱਛਾ ਇੱਥੇ ਵੀ 25-31 ਦਿੰਦੇ ਠੀਕ ਹੈ ਨਜ਼ਾਰੇ ਤਾਂ ਇੰਨੇ ਪੁਆਇੰਟਾਂ ਦੇ ਆਉਂਦੇ ਆ ਬੱਬੂ ਯਾਰ 17 ਦਾ ਕੋਈ ਉਹ ਨਹੀਂ ਹੁੰਦਾ ਹੈ ਨਾ
ਫਿਰ ਹੀ ਪਤਾ ਲੱਗਦਾ ਸਟੈਮ ਨੇ ਜਿਹਦਾ ਤਾਂ ਫਿਟਨੈਸ ਦਾ। ਮੈਚ ਮੁੱਕਣ 'ਤੇ ਨਹੀਂ ਆਉਂਦਾ ਨਾ, ਲੰਬਾ ਹੀ ਜਾਈ ਜਾਂਦਾ, ਲੰਬਾ ਹੀ ਜਾਈ ਜਾਂਦਾ। ਬਾਹ ਆਉਂਦਾ ਵੀਰੇ ਖਾਣਾ ਖਾਣ ਗਿਆ। ਇੱਕੀ ਨੌ ਨੌ ਇੱਕੀ ਚੇਂਜ ਜਗਜੀਤ ਬੰਗੀ ਕੀ ਹਾਲ ਆ ਵੀਰੇ? ਵੀ ਵਾਲੇ ਭਨਿਆਰੀ ਨੂੰ ਹਾਰ ਗਏ ਬਾਈ। ਆਪਣਾ ਨਾਂ ਹੈਗਾ ਅਨਮੋਲ ਸਿਆਂ ਜਸਵਿੰਦਰ ਸਿੰਘ ਢਿੱਲੋਂ। ਗੱਲ ਦੂਜੀ ਟੀਮ ਨੂੰ ਸਹੀ ਗੱਲ ਆ, ਸਹੀ ਗੱਲ ਆ, ਕਵਰ ਕਰਦਾ ਬਿਲਕੁਲ ਸਹੀ ਗੱਲ ਹੈ। ਵਾਪਸੀ ਹੋ ਜਾਂਦੀ ਹੈ ਵੈਸੇ। ਦਸ ਦੋ ਮੈਚ ਇਹ ਮੈਚ ਤੋਂ ਬਾਅਦ ਬਈ, ਇਹ ਮੈਚ ਤੋਂ ਬਾਅਦ ਦੋ ਮੈਚ ਹੋਰ ਆ, ਇੱਕ ਲਾਸਟ ਸੈਮੀ, ਸੈਕਿੰਡ ਸੈਮੀ ਤੇ ਫਾਈਨਲ। ਮੋਲ ਕਲ ਕਰਨੇ। ਹਾਂਜੀ ਹਾਂਜੀ ਵਧੀਆ ਬਾਈ। ਨਹੀਂ 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 ਅਮਰੀਕਾ ਇੱਥੇ ਆ ਆਉਂਦਾ ਉਹ। ਸੋਨੂੰ ਬਿਸ਼ਨੋਈ, ਆਸ਼ੀਸ਼ ਸ਼ਰਮਾ, ਹਾਂਜੀ ਧੰਨਵਾਦ ਵੀਰੇ, ਸਾਰੇ ਵੀਰਾਂ ਦਾ ਧੰਨਵਾਦ। ਦਸ ਇੱਕੀ ਚੇਂਜ ਗਿਆਰਾਂ ਇੱਕੀ ਚੇਂਜ ਪਤਾ ਨਹੀਂ ਹੁੰਦਾ ਮੈਚ ਮੁੜਦੇ ਦਾ, ਇਹ ਮੈਂ ਤੁਹਾਨੂੰ ਦੱਸ ਦਿੰਦਾ ਬੱਬੂ। ਮੈਚ ਵਾਪਸੀ ਆਉਂਦੇ ਤਾਂ ਨਹੀਂ ਪਤਾ ਲੱਗਦਾ। ਰਿਕਵਰ ਹੋ ਜਾਂਦਾ ਮੈਚ ਬਾਈ, ਕੋਈ ਪਤਾ ਨਹੀਂ। ਇੱਕੀ ਗਿਆਰਾਂ ਚੇਂਜ ਆ ਜੀ। 21-22 ਤਰੀਕ ਦਾ ਟੂਰਨਾਮੈਂਟ ਆ ਬਾਈ, ਆਲ ਇੰਡੀਆ ਪੱਕੀ ਦਾ ਟੂਰਨਾਮੈਂਟ ਕਰਾਂਗੇ ਲਾਈਵ ਟੈਲੀਕਾਸਟ ਬਾਬਾ ਸ਼ੇਖ ਫਰੀਦ ਸਪੋਰਟਸ ਫੈਡਰੇਸ਼ਨ, ਬਾਬਾ ਸ਼ੇਖ ਫਰੀਦ ਦੇ ਮੇਲੇ ਤੋਂ ਫਰੀਦਕੋਟ ਤੋਂ। 21-22 ਤਰੀਕ ਦੋ ਦਿਨ ਲਾਈਵ ਕਰਾਂਗੇ ਵੀਰੇ ਲਗਾਤਾਰ। ਬਿਲਕੁਲ ਸੋਨੂੰ ਬਿਸ਼ਨੋਈ,
ਗਿਆਰਾਂ ਇੱਕੀ ਫੇਰ ਚੇਂਜ ਵਿਕਟ ਲਾਓ ਸਹੀ ਗੱਲ ਸਹੀ ਗੱਲ ਬੱਬੂ ਕਹਿੰਦਾ ਮਨਦੀਪ ਕਹਿੰਦਾ ਬੱਬੂ ਮਨਦੀਪ ਬੱਬੂ ਤੇਰੇ ਪਿੰਡ ਵਾਲਾ ਕਹਿੰਦਾ ਖਿੱਚ ਕੇ ਰੱਖਾਂਗੇ ਮਨਦੀਪ ਨੂੰ ਕਹਿ ਦੇ ਆ ਗੜੇ ਇੱਧਰ ਬੱਬੂ ਸੋਨੂੰ ਬਿਸ਼ਨੋਈ ਸੁਨੀਲ ਕੁਮਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਬਾ ਫਰੀਦ ਦੇ ਮੇਲੇ ਤੇ ਲਾਵਾਂ ਰੌਣਕਾਂ ਪੁਆਇੰਟ ਪੁਆਇੰਟ ਚੱਲ ਪਿਆ ਕੰਮ ਪਤਾ ਕੋਈ ਨੀ ਬੱਬੂ ਕੀ ਬਣਨਾ ਮੈਚ ਦਾ ਜੀ 12-21 ਕੈਲ ਪ੍ਰਿਆ ਨਾਮਾ ਵੀ ਐਨ ਖੜੀ ਕਰ ਦਿੰਦਾ ਬਾਲ ਜਮਾ ਸਿਖਰ ਬਾਲ ਜੱਸੂ ਆਵਾਜ਼ ਨੂੰ ਸਾਧਦੇ ਹਾਂ ਹਰਮੀਤ ਕੰਪਲ ਆਸਟ੍ਰੇਲੀਆ ਵੈਲਕਮ ਬ੍ਰੇਕ ਕੀ ਹਾਜ਼ਰ ਆ ਕੰਪਲ ਜੀਤ ਇਸ ਤੋਂ ਅਗਲਾ ਮੈਚ ਵੀ ਬਹੁਤ ਖੜਕਣਾ ਯਾਰ ਸੌਣ ਰੱਬ ਦੀ ਬੜਾ ਖੜਕਣਾ ਅਗਲਾ ਮੈਚ ਤਾਂ ਬਾਰਾਂ ਇੱਕੀ ਚੇਂਜ ਅਮੋਲ ਕੁਲਕਰਨੀ ਓਕੇ ਓਕੇ ਥੈਂਕ ਯੂ ਬਾਈ ਥੈਂਕ ਯੂ ਸੋ ਮੱਚ ਗੋਰਾ ਜੈਲਦਾਰ ਕੀ ਹਾਲ ਆ ਵੀਰ ਵੇਟ ਕਰ ਦੱਸ ਦਿੰਦਾ
ਸੰਦੀਪ ਸੰਮਲ ਖੰਜਰਵਾਲ ਸੈਮੀ ਜਾ ਬਾਈ ਕਾਲਗੇ ਵਾਲੇ ਨਾਲ ਮੈਚ ਆ ਸੰਦੀਪ ਬਾਈ ਉਹਨਾਂ ਦਾ ਬਾਈ ਹੋ ਗਏ ਮਣੀ ਗੁਰਜੀਤ ਭੁੱਲਰ ਅਗਲਾ ਮੈਚ ਬਾਲਾ ਖੜ ਹੈ ਨਾ ਤਗੜਾ ਮੈਚ ਬਲਜਿੰਦਰ ਮਾਨ ਸਹੀ ਗੱਲ ਹੈ ਬਲਜਿੰਦਰ ਬਾਈ ਬੜਾ ਕਟਾਪਾ ਚੜ੍ਹਨਾ ਅਗਲੇ ਅਗਲੇ ਮੈਚ ਤਾਂ ਬਾਈ ਖੰਜਰਾਲ ਅਤੇ ਕਾਲਗੀ ਵਾਲਾ ਵਾਹ ਨਵਿਆਂ ਮਨਜੋਤ ਸੈਮੀ ਐਵਰੇ ਫਸਟ ਵਰਿੰਦਰ ਬਰਾੜ ਸੁੱਖੂ ਦਾ ਮੈਚ ਪਿਆ ਵੀ ਅਗਲਾ ਮੈਚ ਸੁੱਖੂ ਰਾਂ ਦਾ ਹੀ ਹੈ ਸਹੀ ਗੱਲ ਹੈ ਸਿਕੰਦਰ ਵਾਲੀ ਥੈਂਕ ਯੂ ਸਿਕੰਦਰ ਵਾਲੇ ਬਾਈ ਸਾਹਦੇਵ ਓਕੇ ਓਕੇ ਸਾਹਦੇਵ ਖੱਸਾ ਦੇਵ ਖਾਟ ਲਵਾਣਾ ਟੂਰਨਾਮੈਂਟ ਦਾ ਹੋਰ ਅੱਜ ਤੂੰ ਵੇਖੀ ਟਾਈਮ ਵੀ ਪੌਣੇ ਦੋ ਹੋ ਗਏ ਟਾਈਮ ਵੀ ਪੌਣੇ ਦੋ ਹੋ ਗਏ 200 ਬੰਦਾ ਤਾਂ ਬਹੁਤ ਆ ਹਜ਼ਾਰ ਬੰਦਾ ਤਾਂ ਆਪਣਾ ਟੁੱਟੇ ਹੀ ਨਹੀਂ ਕਿੰਨਾ ਟਾਈਮ ਸਾਧ ਉਹਨੂੰ ਕਿੱਥੇ ਸ਼ਿਵਾਜ ਅੱਛਾ ਅੱਛਾ ਬੋਲਦੇ ਨੇ ਖਾਟਾਂ ਵਾਲਿਆਂ ਦਾ 3 ਫੁੱਟ ਕਾਪਾਂ ਓਕੇ ਓਕੇ ਸਾਹਦੇਵ ਘਾਟ ਗੁੱਡ ਜੋਬ ਬੋਲਦੇ ਆ ਜਾਂਦੇ ਸ਼ਿਵਾਜ ਨੂੰ ਗੁਰਮੀਤ ਗਿੱਲ ਢਿੱਲੋਂ ਕਮੈਂਟ ਜੀ ਅਤੇ ਲਾਉਣੇ ਵੀਰੇ ਬੁਲਾਉਣੇ ਹੈਰੀ ਬਰਾੜ ਪੌਣੇ ਦੋ ਹੋ ਗਏ ਵੀਰੇ ਬੱਬੂ ਚਾਚਾ ਜੀ ਕਿਹੜਾ ਯਾਰ ਗੋਲਡੀ ਬਾਸੀਆਂ ਜੀਤ ਬਰਗਾੜੀ ਬਾਈ ਸਤਿ ਸ਼੍ਰੀ ਅਕਾਲ ਬਾਜ ਦੋ ਮੈਚ ਤਾਂ ਦੋ ਰਹੇ ਤੈਨੂੰ ਕਹਿੰਦਾ ਕੋਈ ਆਹ ਮੁੰਡੇ ਕਲੱਬ ਵਾਲੇ ਖੜੇ ਹੈਗੇ ਜੀਤ ਬਰਗਾੜੀ ਬਾਈ ਵਧੀਆ 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 ਅੱਕੀ ਅਨਾਦ ਪੁਆਇੰਟ ਦੱਸਦੇ ਹਾਂ ਵੀਰੇ ਵੇਟ ਵੇਟ ਗੋਲਡੀ ਬਸੀਆਂ ਹੈਰੀ ਬਰਾੜ ਗਿੱਲ ਬੱਬੂ ਸਾਰਿਆਂ ਦਾ ਧੰਨਵਾਦ ਕਹਿੰਦੇ ਸ਼ਿਵਾਜ ਬੱਬੂ
ਓਕੇ ਓਕੇ ਅਮਨਦੀਪ ਸਿੰਘ, ਥੈਂਕ ਯੂ ਬ੍ਰੇ। ਉਹਨੂੰ ਆ ਕੇ ਕਹਿ ਜਾਂਦਾ ਕੋਈ ਹਿੰਦੀ ਚ ਕਰ ਕਮੈਂਟਰੀ। ਓਏ ਬਾਲ ਯਾਰ, ਜਰ ਸਰਾਵੀ ਤਰਸੇਮ ਤਕੜੀ ਬਾਲ ਮਾਰੀ। ਲਓ ਜੀ ਪਨਿਆਰੀ ਫਾਈਨਲ ਦੇ ਵਿੱਚ ਬਹੁਤ ਸੋਹਣਾ, ਦੋਵੇਂ ਟੀਮਾਂ ਨੇ ਫੁੱਲ ਫਾਈਟ ਕੀਤੀ ਪਨਿਆਰੀ ਫਾਈਨਲ ਦੇ ਵਿੱਚ। ਸੈਕਿੰਡ ਸੈਮੀ ਕਾਲਗੀਆਲਾ ਅਤੇ ਖੰਜਰਵਾਲ। ਬਿੱਟੂ ਉਧਰ ਨੰਘ ਹੈ ਵੀਰੇ, ਸਾਈਡ ਨੂੰ ਨੰਘ ਹੈ ਗੁਰਮੀਤ ਬਾਈ। ਕੋਈ ਨੀ, ਜਦੋਂ ਮਿਲ ਗਿਆ ਕਹਿ ਦਾਂਗੇ ਜ਼ਰੂਰ। ਫਾਈਨਲ ਦਾ ਬਨਿਆਰੀ ਟੀਮ ਬਾਈ।